ਦੇ ਸੋਕਾ ਤੇ ਕਦੇ ਭਾਰੀ ਮੀਂਹ ਕਿਸਾਨਾਂ ਦੀ ਫਸਲ ਨੂੰ ਆਪਣੀ ਲਪੇਟ ਦੇ ਵਿੱਚ ਲੈ ਲੈਂਦਾ ਜਿਸ ਦੇ ਕਾਰਨ ਕਿਸਾਨਾਂ ਦੀਆਂ ਫਸਲਾਂ ਪ੍ਰਭਾਵਿਤ ਹੁੰਦੀਆਂ ਅਜੇਹਾ ਨੂਰਪੁਰ ਬੇਦੀ ਦੇ ਪਿੰਡ ਉੱਪਰਲਾ ਅਸਮਾਨਪੁਰ ਵਿੱਚ ਵੀ ਦੇਖਣ ਨੂੰ ਮਿਲਿਆ ਜਿੱਥੇ ਸਾਲ ਕਿਸਾਨਾਂ ਦੀ 5 ਤੋਂ 6 ਏਕੜ ਬੀਜੀ ਝੋਨੇ ਦੀ ਫਸਲ ਪ੍ਰਭਾਵਿਤ ਹੋਈ ਹੈ ਕਿਸਾਨਾਂ ਨੇ ਆਪਣੀ ਬਰਬਾਦ ਹੋਈ ਝੋਨੇ ਦੀ ਫਸਲ ਨੂੰ ਆਪਣੇ ਹੱਥੀਂ ਹਾਲ ਚਲਾ ਕੇ ਖੇਤਾਂ ਦੇ ਵਿੱਚ ਵਾਹ ਦਿੱਤਾ ਜਿਸ ਨੂੰ ਲੈ ਕੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਇਸ ਮੌਕੇ ਤੇ ਪੱਤਰਕਾਰਾਂ ਨਾਲ ਕਿਸਾਨਾਂ ਨੇ ਗੱਲਬਾਤ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਝੋਨੇ ਦੀ ਫਸਲ ਤੇ ਪ੍ਰਤੀ ਏਕੜ 30 ਤੋਂ 40 ਹਜ਼ਾਰ ਖਰਚਾ ਆ ਜਾਂਦਾ ਹੈ ਪਰ ਝੋਨੇ ਦੀ ਫਸਲ ਨਾ ਹੋਣ ਦੇ ਕਾਰਨ ਉਹਨਾਂ ਨੂੰ ਵੱਡੇ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ ਉਹਨਾਂ ਨੇ ਸਰਕਾਰ ਤੋਂ ਗੁਹਾਰ ਲਾਉਂਦਿਆਂ ਹੋਏ ਆ ਫਸਲਾਂ ਦੀ ਚਲਦੋ ਗੁਦਾਵਰੀ ਕਰਕੇ ਮੁਆਵਜ਼ੇ ਦੀ ਮੰਗ ਕੀਤੀ ਹੈ ਕਾਲੇ ਇਲਮ ਤੇ ਰੂਹਾਨੀ ਇਲਮਾਂ ਦੇ ਮਾਹਿਰ ਬਾਬਾ ਆਲਮ ਸ਼ਾਹ ਜੀ 5 ਮਿੰਟਾਂ ਦੇ ਵਿੱਚ ਕਾਲੇ ਇਲਮ ਦਾ ਸਮਾਧਾਨ ਗਰੰਟੀਟ ਕਰਵਾਓ ਅਸੀਂ ਕਹਿੰਦੇ ਨਹੀਂ ਕਰਕੇ ਦਿਖਾਉਨੇ ਆ ਨੰਬਰ ਨੋਟ ਕਰੋ 99150 17717 ਸਮੱਸਿਆ ਜਿਵੇਂ ਲਵ ਮੈਰिज ਮੰਚਾਇਆ ਪਿਆ ਵਸ਼ਿਕਰਣ ਕਰਨਾ ਜਾਂ ਤੜਵਾਣਾ ਕਾਰੋਬਾਰ ਦਾ ਨਾ ਚੱਲਣਾ ਗ੍ਰੈਕਲੇਸ਼ ਵਿਆਹ ਦੇ ਲਈ ਮਾਪੇ ਬਾਪ ਦੀ ਮਨਜ਼ੂਰੀ ਪਤੀ ਪਤਨੀ ਦੇ ਵਿਚ ਹਨਬਨ ਵਿਦੇਸ਼ ਦੇ ਵਿੱਚ ਪੱਕਾ ਹੋਣਾ ਕੋਟਕ ਕਚੈਰੀ ਸੌਤਨ ਦੁਸ਼ਮਣ ਤੋਂ ਛੁਟਕਾਰਾ ਸਵਾਲ ਪੁੱਛਣ ਦੀ ਕੋਈ ਫੀਸ ਨਹੀਂ ਕਿਸੇ ਦੁਖੀ ਭੈਣ ਭਰਾ ਦਾ ਪਤੀ ਪ੍ਰੇਮੀ ਬੇਟਾ ਕਿਸੇ ਦੇ ਵਸ਼ ਵਿੱਚ ਹੈ ਤਾਂ ਤੁਰੰਤ ਸੰਪਰਕ ਕਰੋ ਘਰ ਬੈਠੇ ਫੋਨ ਤੇ ਹਰ ਸਮੱਸਿਆ ਦਾ ਹੱਲ ਕਰਵਾਓ ਪਤਾ ਲੁਧਿਆਣਾ ਨੰਬਰ ਨੋਟ ਕਰੋ 99150 17717 ਜੀ ਸਾਨੂੰ ਮਤਬਲ ਦੁਕਾਨਦਾਰਾਂ ਨੇ ਸਾਡੀ ਸਾਢੇ 3 ਕਿੱਲੇ ਆ 4 ਕਿੱਲੇ ਬਈ ਇਹ ਬੀਜੇ ਬੇਕਾਰ ਹੈ ਕੁਝ ਖਰਚੇ ਹੋ ਗਏ ਵੇ ਸਾਡੇ ਬੇਕਾਰ ਹੁਣ ਇਹ ਤਿੰਨੇ ਅਸੀਂ ਘਰੀਆਂ ਕੋਈ ਮਤਬਲ ਸਾਨੂੰ ਬਾਹਰ ਦੀ ਕੋਈ ਆਮਦਨ ਨਹੀਂ ਹੈਗੀ ਹੈ ਫੇਰ ਸਰਕਾਰ ਕਹਿੰਦੀ ਖੁਦ ਖੁਦ ਜੀਆਂ ਕਰਦੇ ਆ ਇਹ ਦੇ ਕਰਕੇ ਇਹਨਾਂ ਦੀ ਇਨਕੁਆਰੀ ਸਾਨੂੰ ਮੁਆਵਜ਼ਾ ਦਿੱਤਾ ਜਾ ਮੁਆਵਜ਼ਾ ਦਿੱਤਾ ਜਾਵਾ ਅਜੀ ਸਰਕਾਰ ਅੱਗਾ ਇਹੀ ਮੰਗ ਕਰਦੇ ਆ ਫਸਲ ਤੇ ਕਟੋਕਾਰ ਸਾਡਾ 5 ਕਿੱਲੇ ਮੱਕਰ ਮੈਲਾ ਦਾ 7 ਲੱਖ ਦੇ ਲਾਗੇ ਪਾਸੇ ਆ ਗਿਆ ਹੋਣਾ ਜੀ ਤੇ ਫਸਲ ਦੇਖ ਲੋ ਕਿੰਨੀ ਤਵਾ ਹੋ ਗਈ ਆ ਦੇਖ ਲੋ ਤਾਨ ਥੋੜੇ ਸਾਹਮਣੇ ਹੀ ਆ ਜੀ ਹਰ ਇੱਕ ਜ਼ਿਮੀਦਾਰ ਕਿਆ ਕਰੂਗਾ ਜੀ ਐਸੀ ਤਰ੍ਹਾਂ ਸੀ ਹੁੰਦਾ ਰਿਹਾ ਸਾਡੀ ਸਰਕਾਰਾਂ ਜਿਹੜੀਆਂ ਸਾਨੂੰ 20 ਦਿੰਦੀਆਂ ਐਨੇ ਮਾੜੇ 20 ਦਿੰਦੀਆਂ ਸਰਕਾਰਾਂ ਕਿ ਕੰਪਨੀਆਂ ਮਿਕਸ ਵੀ ਕਰ ਦਿੰਦੀਆਂ ਕੋਈ ਜਾੜ ਬੜਾ ਕੋਈ ਛੋਟਾ ਇਹਦਾ ਮਤਲਬ 20 ਮਿਕਸ ਹੋ ਕੇ ਹੀ ਆਇਆ ਸਰਕਾਰਾਂ ਨੇ ਪਹਿਲੇ ਸੋਚ ਕੇ ਜ਼ਿਮੀਦਾਰਾਂ ਨਾਲ ੱਤਕਾ ਕਰਨ ਦੀ ਕੋਸ਼ਿਸ਼ ਕੀਤੀ ਜ਼ਿੰਮੇਦਾਰ ਹੋਰ ਕਿਆ ਕਾਰਨ ਤੇ ਆਪੇ ਖੁਦ ਖੁਸ਼ੀਆਂ ਕਰਦੇ ਫੇਰ ਕਹਿੰਦੇ ਜ਼ਿੰਮੇਦਾਰ ਖੁਦ ਖੁਸ਼ੀਆਂ ਕਰਦਾ ਕਿੱਦਾਂ ਕਰਣਾ ਨਾ ਜ਼ਿੰਮੇਦਾਰ ਜਦ ਸਰਕਾਰਾਂ ਸਾਰੀਆਂ ਮਾੜੀਆਂ 30000 ਰੁਪਏ ਲੱਗਦਾ ਮਾ ਕਿੰਨੇ ਕਿੰਨੇ ਸਪਰੇ ਸਰਕਾਰ ਨੇ ਬਾਅਦ ਚ ਦਿੱਤੇ ਸਾਰੇ ਸਪਰੇਆਂ ਦਾ ਕੋਈ ਅਸਰ ਨਹੀਂ ਸਪਰੇ ਵੀ ਸਮਝੋ ਡੁਪਲੀਕੇਟ ਹੀ ਜਾ ਰਹੇ ਥੇ ਓਪਨ ਚੈਲੰਜ ਇੱਕ ਮਿੰਟਾਂ ਦੇ ਵਿੱਚ ਪਾਓ ਹੁਣ ਹਰ ਸਮੱਸਿਆ ਦਾ ਸਮਾਧਾਨ ਗੁਰੂ ਅਕਬਰ ਜੀ ਸਮੱਸਿਆ ਜਿਵੇਂ ਕਿ ਨੌਕਰੀ ਕਾਰੋਬਾਰ ਗ੍ਰਹਿ ਕਲੇਸ਼ ਸਵਤਨ ਦੁਸ਼ਮਨ ਤੋਂ ਛੁਟਕਾਰਾ ਤਰੱਕੀ ਪ੍ਰੇਮ ਵਿਆ ਫਿਲਮ ਵਿਦੇਸ਼ ਯਾਤਰਾ ਲੋਟਰੀ ਨੰਬਰ ਪਤੀ ਪਤਨੀ ਦੇ ਵਿੱਚ ਅਨਬੰਧ ਮਨ ਚਾਹੇ ਵਸ਼ੀਕਰਨ ਕਰਵਾਓ ਜ਼ਮੀਨ ਜਾਇਦਾਦ ਤਲਾਕ ਕੋਰਟ ਕੇਸ ਮੁਠ ਕਰਨੀ ਹਸਪਤਾਲ ਲੁਧਿਆਣਾ ਮਿਲੋ ਜਾਂ ਫੋਨ ਕਰੋ 98786 32833 ਖਬਰਾਂ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ